ਸਿਰ ਦਾ ਤਾਜਾ ਘਬਰਾਵਣ ਦੀ ਲੋੜ ਕਹਿਣੀ ਹੈ ਜਿਹੜਾ ਦੀਵਾ ਬਲਦਾ ਪੈ ਲਾਲਟੀਨ ਬਲਦਾ ਪੈ ਮੈਂ ਦੀ ਵੱਟ ਕੁਛ ਲੈਂਦੀਆਂ ਬਣਦੀਆਂ ਜੁੜਦੀਆਂ ਕਿਵਲੇ ਬਲੇ ਸਾਂ ਕਿਵਲੇ ਮੱਠਾ ਕਰੇ ਸਾਂ ਕਿਵਲੇ ਤੇਜ਼ ਕਰੇ ਸਾਂ ਲਾਸਾ ਪਹਿਲੇ ਹੀ ਮੈਂ ਕਰੇ ਸਾਂ ਪਹਿਲਾ ਫਿਰ ਮੈਂ ਲਾਈਟ ਬੰਦ ਕਰੇ ਸਾਂ ਧਾਰਾ ਥੀ ਸੀ ਤੁਸਾਂ ਦਸਤਰਖਾਨ ਤੇ ਬਹਿ ਬਣਾਏ ਮਹਿਮਾਨ ਸਮਝ ਸੀ ਮੇਰੇ ਇਕੱਠੇ ਬੈਠਾ ਹੋਇਆ ਖਾਲੀ ਹੱਥ ਚੈਂਦੇ ਸਟੇਂਦੇ ਰਵੇ ਇਕੋ ਇਸਲਾਮ ਹਮਸਾਇਆ ਦੀਵਾਰ ਸ਼ਰੀਕ ਤੰਗ ਮਰਜ਼ੀ ਜਿਤਨਾ ਕੁਰਾਨ ਵਾਲਾ ਬਣੇ ਅੱਲਾ ਕਬੂਲ ਨਹੀਂ ਕਰੇਗਾ ਜਿਤਨਾ ਮਰਜ਼ੀ ਰਿਸ਼ਤੇਦਾਰ ਤੇਰੇ ਕੇ ਤੰਗ ਜਿਤਨਾ ਮਰਜ਼ੀ ਤਹਜਦਾ ਆਪਣੇ ਤਹਜਦਾ ਬੇਕਾਰ ਹਨ ਅਕੀਦੇ ਆਪਣੀ ਜਾ ਤੌਹੀਦ ਆਪਣੀ ਜਾ ਨਮਾਜ਼ ਆਪਣੀ ਜਾ ਅਸਲ ਇਸਲਾਮ ਕਿਆ ਹੈ ਆਪਣੇ ਦੇ ਆਪਣੇ ਬਣ ਵਜੋ ਅਸਲ ਇਸਲਾਮ ਕਿਆ ਹੈ ਬੇ ਦਾ ਭੱਲਾ ਛਾ ਕਰੋ ਬੇ ਦੀ ਚੰਗਾਈ ਛਾ ਕਰੋ ਇਹ ਕੋਈ ਇਸਲਾਮ ਆਦਮ ਜਿਹੜਾ ਬੇ ਤੇ ਜ਼ੁਲਮ ਕਰੇ ਬੰਦਾ ਮੁਸਲਮਾਨ ਨਹੀਂ ਹੋ ਸਕਦਾ ਕਿਵੇਂ ਥੀਆ ਲਾਲ ਤੀਨ ਬਣ ਜੇ ਬੰਦ ਹੋ ਗਿਆ ਅੰਧਾਰਾ ਥੀ ਗਿਆ ਹਜ਼ਰਤ ਅਬੂ ਤਲਹਾ ਬਹਿ ਗਏ ਦਸਤਰਖਾਨ ਲਗਾ ਹੋਇਆ ਆਪਣੇ ਪੇਟ ਕੋ ਭੁੱਖਾ ਰੱਖੀ ਬੈਠਣ ਤਾਂ ਕਿ ਬੇਦਾ ਭਲਾ ਥੀਏ ਇਹ ਕੋਈ ਇਸਲਾਮ ਆਦਨ ਆਪਣੇ ਹੱਥ ਦੀ ਖਾਲੀ ਹਰਕਤ ਕਰੇ ਨਾ ਰਹਿ ਗਏ ਮੇਰੀ ਅੱਖੇ ਚ ਪਾਕ ਪਾ ਕੇ ਜੁਮਲੇ ਸੁਣ ਖਾਲੀ ਹੱਥ ਦੀ ਹਰਕਤ ਕਰੇ ਨਾ ਰਹਿ ਗਏ ਮਹਿਮਾਨ ਨੇ ਖਾਣਾ ਖਾ ਕੇ ਤੇ ਰਾਤ ਗੁਜ਼ਰ ਗਈ ਹੈ ਸਵੇਰੇ ਦਾ ਟਾਈਮ ਥਾ ਹਜ਼ਰਤ ਅਬੂ ਤਲਹਾ ਮਹਿਮਾਨ ਦੇ ਹੱਥ ਚ ਹੱਥ ਪਾ ਕੇ ਅੱਲਾ ਦੇ ਪੈਗੰਬਰ ਤੋਂ ਵੇਂਦੇ ਪੈਣ ਦਿਲ ਸੁਜੇ ਨੇ ਨਨ ਚਸ ਨਹੀਂ ਬਣੀ ਅਸਾਂ ਹੱਕ ਅਦਾ ਨਹੀਂ ਕਰ ਸਕੀਏ ਖਿਦਮਤ ਨਹੀਂ ਸੇ ਕਰ ਸਕੀਏ ਇਹ ਨਾ ਹੋਵੇ ਕਿਤੇ ਅੱਲਾ ਤੇ ਅੱਲਾ ਦਾ ਰਸੂਲ ਨਾਰਾਜ਼ ਹੋ ਗਿਆ ਹੋਵੇ ਇਹ ਹੱਥ ਚ ਹੱਥ ਪਾ ਕੇ ਵੇਂਦਾ ਪੈ ਅੱਲਾ ਦੇ ਪਾਕ ਪੈਗੰਬਰ ਦੀ ਨਜ਼ਰ ਪੈ ਰਹੀ ਹੈ ਅੱਲਾ ਦੇ ਨਬੀ ਹਜ਼ਰਤ ਅਬੂ ਤਲਹਾ ਕੋ ਲੈ ਕੇ ਖੇਲ ਪੈ ਹੁਣ ਮੈਂ ਤੇ ਕੋਈ ਥੱਕੀ ਮੈਂ ਸਮਝਾਵਾਂ ਤੇਰੇ ਦਿਮਾਗ ਵਿੱਚ ਮੇਰੀ ਤਕਰੀਰ ਹੈ ਹੀ ਕਹਿਣ ਤੇਰੀ ਮੇਰੇ ਤਵੱਜੋ ਹੀ ਕਹਿਣ ਮੈਂ ਕਿਵੇਂ ਸਮਝਾਵਾਂ ਕਿਹੜੀ ਕੌਮ ਨੂੰ ਸਮਝਾਵਾਂ ਨਬੀ ਖੇਲ ਪੈ ਜਗ ਜਹਾਨਾਂ ਦਾ ਸਰਦਾਰ ਅਬੂ ਤਲਹਾ ਪਹਿਲੇ ਸੋਚੀ ਵਤਾ ਚਾਸ ਕੋਨ ਮੀ ਕੀਤੀ ਨਬੀ ਸਿੰਘ ਨੂੰ ਖਿਲਦਾ ਨਹੀਂ ਤੇ ਤਾਂ ਪੱਕਾ ਥੀ ਗਿਆ ਪਿਰੁਲਿਆ ਹੁਣ ਇਹਨਾਂ ਮਤਲਬ ਹੈ ਚਾਸ ਕੋਈ ਨਹੀਂ ਇਹ ਪਰੇਸ਼ਾਨ ਉਦਾਸੀ ਵਧਦੀ ਜਾਂਦੀ ਹੈ ਮੂਜਾ ਦੀ ਨਾਂ ਦੇ ਆਏ ਦੋਵੇਂ ਗੋਰੇ ਸੱਜਣ ਸੀ ਜਿਵੇਂ ਅਤਹਿਆਤ ਜਮਾਈਂਦੇ ਅੱਖਾਂ ਝੁਕਾ ਕੇ ਅਦਬ ਦੇ ਬਾਦਸ਼ਾਹ ਨਹੀਂ ਹੋਏ ਉਹ ਜਵਾਨ ਅਦੇ ਅੱਲਾ ਦੇ ਨਬੀ ਗਲਤੀ ਥੀ ਨਹੀਂ ਨਾ ਕੋਈ ਗਾਲ ਕੀਤੀ ਨਾ ਕੋਈ ਖੇਲ ਦੇਖ ਕੇ ਅੱਲਾ ਦੇ ਨਬੀ ਗਲਤੀ ਥੀ ਨਹੀਂ ਹੱਕ ਦਾ ਨਹੀਂ ਹੋ ਸਕਿਆ ਮਹਿਮਾਨ ਦਾ ਮੇਰੇ ਨਬੀ ਸੇ ਵੱਲ ਖੇਲ ਪਹਿਲ ਅੱਲਾ ਦੇ ਨਬੀ ਖੈਰ ਤੇ ਕਿਉਂ ਨਾਰਾਜ਼ ਹੋ ਖਿਲਦੇ ਕਿਉਂ ਪਏ ਹੋ ਮੇਰੇ ਕਿਨੇ ਗਲਤੀ ਹੋਈ ਹੈ ਓਏ ਵਸੀ ਪਈਆ ਲਿਓ ਜੇ ਮੇਰੇ ਤੁਸਾਂ ਜੁਮਲੇ ਨਹੀਂ ਸੁਣੇ ਤੁਸਾਂ ਜਲਸੇ ਦੇ ਆਏ ਕਹਿਣ ਵੇ ਸਮਝੋ ਤੁਸਾਂ ਖੈਰਾਤ ਤੇ ਆਏ ਕਹਿਣ ਵੇ ਅਗਰ ਕੋਈ ਪੁੱਛੇ ਕਿਆ ਸੁਣ ਕੇ ਆਇਆ ਵੇ ਇਹ ਲਫ਼ਜ਼ ਮੇਰੇ ਯਾਦ ਚ ਕਰ ਮੇਰਾ ਸਾਰਾ ਪ੍ਰੋਗਰਾਮ ਸਜਾਇਆ ਹੈ ਅੱਲਾ ਦੇ ਪਾਕ ਪੈਗੰਬਰ ਨੇ ਫਰਮਾਇਆ ਅਬੂ ਤਲਹਾ ਮੈਂ ਕਿਉਂ ਖਿਲਿਆ ਤੇ ਗੋਡੇ ਕੇ ਮੈਂ ਕਿਉਂ ਖਿਲਿਆ ਰਾਤ ਤੇਰੀ ਘਰਵਾਲੀ ਜਿਵੇਂ ਲਾਲਟੀਨ ਬੰਦ ਕਰਦੀ ਰਹਿ ਗਈ ਤੇ ਰਾਤ ਜਿਵੇਂ ਆਪਣੇ ਖਾਲੀ ਹੱਥਾਂ ਦੀ ਹਰਕਤ ਕਰਦਾ ਰਹਿ ਗਈ ਤੁਹਾਡੇ ਰਾਤ ਵਾਲੇ ਸਾਰੇ ਅੰਦਾਜ਼ ਅੱਲਾ ਅਰਸ਼ਾਂ ਤੇ ਦੇਖ ਕੇ ਅੱਲਾ ਫਰਿਸ਼ਤੇ ਚ ਖਿਲਦਾ ਰਹਿ ਗਏ ਅੱਲਾ ਮੁਸਕਰਾਉਂਦਾ ਰਹਿ ਗਏ ਲਕਦ ਸਾਹੇ ਕੱਲਾ ਲਕਦ ਅਜੇ ਬੱਲਾ ਲਕਦ ਸਾਹੇ ਕੱਲਾ ਲਕਦ ਅਜੇ ਬੱਲਾ ਅੱਲਾ ਤੇਰਾ ਰਾਤ ਆਪਣੇ ਆਪ ਨੂੰ ਭੁੱਖਾ ਸੁਮਾਉਣਾ ਦੇ ਕੇ ਤੇ ਮਹਿਮਾਨ ਨੂੰ ਰਜਾ ਕੇ ਸੁਮਾਉਣਾ ਦੇ ਕੇ ਅੱਲਾ ਖਿਲਦਾ ਰਹਿ ਗਏ ਉਲਮਾ ਮੌਜੂਦ ਹਨ ਅੱਲਾ ਕਦੇ ਨਮਾਜ਼ ਪੜ੍ਹਨ ਦੇ ਬਦਲੇ ਚ ਨਹੀਂ ਖਿਲਦਾ ਅੱਲਾ ਰੋਜ਼ੇ ਰੱਖਣ ਦੇ ਬਦਲੇ ਚ ਨਹੀਂ ਖਿਲਦਾ ਅੱਲਾ ਸਦਕੇ ਕਰਨ ਦੇ ਬਦਲੇ ਚ ਨਹੀਂ ਖਿਲਦਾ ਅੱਲਾ ਉਮਲੇ ਬੰਦੇ ਤੇ ਖੁਸ਼ ਥੀਂਦੇ ਜਦਾਂ ਬੰਦਾ ਬੰਦੇ ਵਾਸਤੇ ਕੰਮ ਆਵੇ ਮੁਬਾਰਕ ਹੋਵੇ ਮੈਂ ਇਹ ਵਾਸਤੇ ਖਿਲਦਾ ਅੱਲਾ ਸੀ ਰਾਤ ਤੇਰਾ ਅੰਦਾਜ਼ ਦੇਖ ਕੇ ਖਿਲੇ ਜਿਬਰੀਲ ਮੈਂ ਕੋ ਸਾਰਾ ਹਾਲ ਵਾਲ ਹੁਣੇ ਦੇ ਗਏ ਸ਼ਾਬਾਸ਼ ਹੈ ਅਬੂ ਤਲਹਾ ਹੁਣੇ ਜਿਬਰੀਲ ਤੇਰੀ ਸ਼ਾਨ ਚ ਕੁਰਾਨ ਦੀ ਆਇਤ ਦੇ ਗਏ
قیامت تک مسلمان جتھے قرآن پڑھدے رہسن اساں تیری مہمان نوازی دا تذکرہ وی پڑھدے رہسن بے دی خاطر تو جیندا رہ گئے رات بھکھے ستے رہ گئے او اللہ دیاں نظراں تواڈے تے ہن و یوثرون علی انفسہم ولو کان بہم خصاصہ تیرے انداز دی وجہ تو اللہ نے میکو مبارکی دتی ہے میرا مصطفی تیری تربیت تے شاباش ایتھے یار بنائے نی جڑے بے دی خاطر جیندے ہون تے میں اللہ کو عرش تے اوہ بندہ چنگا لگدے جڑا بے واسطے چنگا ہے جڑا بے واسطے چنگا نہیں او بندہ چنگا نہیں اللہ عمل دی توفیق بخشے